ਖਹਿਰਾ ਜਿਹੜਾ ਹੈ ਉਹ ਇੱਕ ਪਾਰਟੀ ਨਹੀਂ, ਖਹਿਰਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵਿੱਚ ਆਇਆ ਸੀ। ਆਮ ਆਦਮੀ ਪਾਰਟੀ ਦੀਆਂ ਮਿੰਨਤਾਂ ਕਰਕੇ ਉਹਨੇ ਪਾਰਟੀ ਜੁਆਇਨ ਕੀਤੀ ਸੀ। ਆਮ ਆਦਮੀ ਪਾਰਟੀ ਦੀਆਂ ਮਿੰਨਤਾਂ ਕਰਕੇ ਉਹ NOP ਬਣਿਆ ਸੀ ਅਤੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਦੀ ਉਹ ਖੁਸ਼ਾਮਦ ਕਰਕੇ ਇਸ ਪਾਰਟੀ ਵਿੱਚ ਆਇਆ ਸੀ। ਪਰ ਉਹਦੀ ਇਹਦੇ ਨਾਲ ਤਸੱਲੀ ਨਹੀਂ ਹੋਈ, ਕਿਉਂਕਿ ਉਹ ਇੱਕ ਉਹਦੀ ਬੈਕਗਰਾਊਂਡ ਦੱਸਦੀ ਹੈ ਕਿ ਉਹ ਇੱਕ ਅਜਿਹੀ ਪਾਰਟੀ ਵਿੱਚੋਂ, ਅਜਿਹੇ ਪਿਛੋਕੜ ਵਿੱਚੋਂ ਆਇਆ ਸੀ ਜੋ ਉਸਦੇ ਜਿਹੜੇ ਪਿੱਤਰ ਸਨ ਉਹ ਵੀ ਅਜਿਹੀਆਂ ਪਾਰਟੀਆਂ ਵਿੱਚੋਂ ਆਏ ਸਨ